ਅੱਜ ਵੀ ਹੁਣ ਅਸੀਂ ਆਏ ਆ ਤੇ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸੀ, ਸਮਾਨ ਬਿਖਰਿਆ ਹੋਇਆ ਸੀਗਾ। ਪ੍ਰੀ ਪ੍ਰਾਇਮਰੀ ਦਾ ਤਾਂ ਕਾਫੀ ਸਮਾਨ ਅੰਦਰੋਂ, ਬੱਚਿਆਂ ਦੇ ਖਿਡੌਣੇ ਸੀ ਉਹ ਵੀ ਲੈ ਗਏ। ਇਸ ਤੋਂ ਪਹਿਲਾਂ 10 ਦਿਨ ਪਹਿਲਾਂ ਚੋਰੀ ਹੋਈ, ਉਹਦੇ ਵਿੱਚ ਕੰਪਿਊਟਰ ਲੈ ਗਏ, DVR ਲੈ ਗਏ, ਕੈਮਰੇ ਸੀ ਉਹ ਤੋੜ ਗਏ ਸਾਰੇ, ਸਿਲੰਡਰ ਲੈ ਗਏ। ਮਤਲਬ ਸਿਲੰਡਰ ਤਾਂ 5 ਵਾਰੀ ਚੋਰੀ ਹੋ ਚੁੱਕੇ ਆ ਸਾਡੇ। ਪੁਲਿਸ ਨੂੰ ਹਰ ਵਾਰੀ ਕੰਪਲੇਂਟ ਲਿਖਵਾਈ ਹੈ ਪਰ ਪੁਲਿਸ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ। ਸਾਰੇ ਉਹਨਾਂ ਨੇ ਮੇਰੇ ਕਮਰਿਆਂ ਦੇ ਸੈਂਟਰ ਲੌਕ ਤੋੜੇ ਨੇ, ਸਾਰੇ ਦੂਜੇ ਤੋੜੇ ਨੇ। ਇਸ ਤੋਂ ਬਾਅਦ ਸਾਰੇ ਜਿੰਨੇ CC ਕੈਮਰੇ ਲੱਗੇ ਸੀ ਉਹਨਾਂ ਦੇ ਵਾਇਰਸ ਨੂੰ ਉਹਨਾਂ ਨੇ ਕੱਟ ਕੀਤਾ, ਮੇਰਾ DVR ਵੀ ਲੈ ਗਏ ਤਾਂ ਕਿ ਉਹਨਾਂ ਦੀ ਕੋਈ ਰਿਕਾਰਡਿੰਗ ਨਾ ਹੋ ਪਾਏ। ਜਿਹੜੇ ਤਾਲੇ ਉਹਨਾਂ ਨੇ ਤੋੜੇ ਜਾਂਦੇ ਹੋਏ ਉਹਨਾਂ ਨੂੰ ਧੋ ਕੇ ਗਏ ਤਾਂ ਕਿ ਉਹਨਾਂ ਦੇ ਹੱਥਾਂ ਦੇ ਕੋਈ ਨਿਸ਼ਾਨ ਨਾ ਲੈ। ਅੱਜ ਤਾਂ ਬਸ ਇਹੀ ਰਿਕੁਐਸਟ ਕਰਾਂਗੇ ਸਰਕਾਰ ਨੂੰ ਵੀ, ਇੱਕ ਤਾਂ ਇਹਨਾਂ ਪਿੰਡਾਂ 'ਚ ਹਰ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਰੱਖਿਆ ਜਾਵੇ ਤਾਂ ਕਿ ਸਾਡੀ ਜਾਨ ਛੁੱਟੇ। ਮੈਨੂੰ ਇੱਥੇ ਆਈ ਨੂੰ 6 ਸਾਲ ਹੋ ਗਏ ਅਤੇ ਘੱਟੋ ਘੱਟ 7-8 ਵਾਰ ਇੱਥੇ ਚੋਰੀ ਹੋ ਚੁੱਕੀ ਹੈ। ਹਰ ਵਾਰ ਜਦੋਂ ਸਵੇਰੇ ਆਈਦਾ ਕਮਰੇ 'ਚ ਕਦੀ ਤਾਲੇ ਟੁੱਟੇ ਹੁੰਦੇ ਆ, ਕਦੀ ਸਵੇਰੇ ਫੋਨ ਕਿਸੇ ਦਾ ਜਾਂਦਾ, ਕਦੀ ਕਿਸੇ ਦਾ ਜਾਂਦਾ ਵੀ ਅੱਜ ਚੋਰੀ ਹੋ ਗਈ, ਅੱਜ ਚੋਰੀ ਹੋ ਗਈ। ਮਤਲਬ ਘੱਟੋ ਘੱਟ 7-8 ਵਾਰੀ ਚੋਰੀ ਹੋ ਚੁੱਕੀ ਹੈ। ਅੱਜ ਵੀ ਹੁਣ ਅਸੀਂ ਆਏ ਹਾਂ ਅਤੇ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸੀ, ਸਮਾਨ ਬਿਖਰਿਆ ਹੋਇਆ ਸੀਗਾ। ਪ੍ਰੀ ਪ੍ਰਾਇਮਰੀ ਦਾ ਤਾਂ ਕਾਫੀ ਸਮਾਨ ਅੰਦਰੋਂ, ਬੱਚਿਆਂ ਦੇ ਖਿਡੌਣੇ ਸੀ ਉਹ ਵੀ ਲੈ ਗਏ। ਇਸ ਤੋਂ ਪਹਿਲਾਂ 10 ਦਿਨ ਪਹਿਲਾਂ ਚੋਰੀ ਹੋਈ, ਉਹਦੇ ਵਿੱਚ ਕੰਪਿਊਟਰ ਲੈ ਗਏ, DVR ਲੈ ਗਏ, ਕੈਮਰੇ ਸੀ ਉਹ ਤੋੜ ਗਏ ਸਾਰੇ, ਸਿਲੰਡਰ ਲੈ ਗਏ। ਮਤਲਬ ਸਿਲੰਡਰ ਤਾਂ 5 ਵਾਰੀ ਚੋਰੀ ਹੋ ਚੁੱਕੇ ਆ ਸਾਡੇ, 5 ਸਿਲੰਡਰ ਅਸੀਂ ਲਿਆ ਕੇ ਤੇ ਚੋਰ ਲੈ ਜਾ ਚੁੱਕੇ ਆ। ਪਰ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੁਹਾਡੇ ਸਕੂਲ? ਪਤਾ ਨਹੀਂ, ਹੁਣ ਇਹ ਤਾਂ ਇਹੀ ਹੋ ਸਕਦਾ ਵੀ ਇੱਕ ਤਾਂ ਇਹ ਪਿੰਡ ਦੇ ਬਾਹਰ ਵਾਰ ਹੈ ਜਾਂ ਇਹ ਨਸ਼ੇੜੀ ਲੋਕਾਂ ਦਾ ਕੰਮ ਹੋ ਸਕਦਾ, ਆਪਾਂ ਹੁਣ ਇਹਦੇ ਬਾਰੇ ਤਾਂ ਕਹਿ ਨਹੀਂ ਸਕਦੇ। ਪਰ ਅਸੀਂ ਪੁਲਿਸ ਨੂੰ ਹਰ ਵਾਰੀ ਕੰਪਲੇਂਟ ਲਿਖਵਾਈ ਹੈ ਪਰ ਪੁਲਿਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਸੀਂ ਤਾਂ ਆਪਣੀ ਸਾਰੀ ਰਿਪੋਰਟ ਦੇ ਆਉਂਦੇ ਹਾਂ ਪਰ ਅਗਲੀ ਕਾਰਵਾਈ ਤਾਂ ਪੁਲਿਸ ਵਾਲਿਆਂ ਨੇ ਕਰਨੀ ਹੈ, ਹੁਣ ਪੁਲਿਸ ਵਾਲੇ ਕੁਛ ਕਰਦੇ ਨਹੀਂ ਹੈ। ਇਹ ਘੱਟੋ ਘੱਟ 1.5 ਲੱਖ ਦਾ ਸਮਾਨ ਹੋਣਾ, ਕਿਉਂਕਿ 50-50 ਹਜ਼ਾਰ ਦੇ ਤਾਂ ਕੰਪਿਊਟਰ ਹੀ ਹੈ, 2 ਬਾਕੀ ਸਿਲੰਡਰ ਹੈ, ਹੋਰ ਛੋਟਾ ਮੋਟਾ ਸਮਾਨ ਆ ਵੀ ਜਿਹੜਾ ਮਤਲਬ ਸਕੂਲਾਂ ਦੇ ਵਿੱਚ ਬਹੁਤ ਸਾਰਾ ਹੁੰਦਾ, ਉਹਦੀ ਕੋਈ ਗਿਣਤੀ ਵੀ ਕਈ ਵਾਰੀ ਨਹੀਂ ਆਪਾਂ ਕਰਦੇ ਵੀ, ਮਤਲਬ ਸਾਡੇ ਕੋਲ ਇਹ ਲਿਖਿਆ ਹੁੰਦਾ ਪਰ ਉਸ ਟਾਈਮ ਧਿਆਨ ਵਿੱਚ ਨਹੀਂ ਆਉਂਦਾ। ਸਿਲੰਡਰ 6 ਚੋਰੀ ਹੋ ਚੁੱਕੇ, ਮਤਲਬ 6 ਸਾਲਾਂ ਦੇ ਵਿੱਚ 6 ਸਿਲੰਡਰ ਚੋਰੀ ਹੋ ਚੁੱਕੇ ਹੈ। ਨਾ, ਹਜੇ ਤੱਕ ਕੋਈ ਚੋਰ ਨਹੀਂ ਫੜਿਆ ਗਿਆ। ਇਹ ਸਰਕਾਰੀ ਪ੍ਰਾਇਮਰੀ ਸਕੂਲ ਬੁੱਟੇਵਾਲ ਹੈ, ਇੱਥੇ ਲਗਾਤਾਰ ਜੀ ਪਿਛਲੇ 2 ਸਾਲਾਂ ਤੋਂ ਘੱਟ 7-8 ਚੋਰੀਆਂ ਹੋ ਚੁੱਕੀਆਂ। 1 ਜਾਂ 2 ਮਹੀਨੇ ਦਾ ਗੈਪ ਪੈਂਦਾ, ਨਹੀਂ ਤਾਂ 15 ਕੁ ਦਿਨ ਬਾਅਦ ਹੀ ਚੋਰੀ ਹੋ ਜਾਂਦੀ ਹੈ। ਹਰ ਵਾਰ ਚੋਰੀ ਹੁੰਦੀ ਹੈ, ਪਸ਼ੂ ਡਿਸਪੈਂਸਰੀ ਸਾਡੇ ਨਾਲ ਹੀ ਲੱਗਦੀ ਹੈ, ਉੱਥੋਂ ਚੋਰ ਉਸ ਕੰਧ ਤਾਂ ਹੀ ਆਉਂਦੇ ਨੇ। ਇਸ ਵਾਰ ਕੰਧ ਉਹਨਾਂ ਨੇ ਤੋੜੀ ਹੈ, ਨਾਲ ਸਾਡੇ ਕਮਰੇ ਪਹਿਲਾਂ ਅੰਦਰੋਂ ਤਾਲੇ ਤੋੜ ਕੇ ਕੁਰਸੀਆਂ ਕਰਸੀਆਂ ਲਾ ਕੇ ਬੜੇ ਆਰਾਮ ਨਾਲ ਆਉਂਦੇ ਆ, ਸਮਾਨ ਲੈ ਕੇ ਜਾਂਦੇ। ਇਸ ਵਾਰ ਸਾਰੇ ਉਹਨਾਂ ਨੇ ਮੇਰੇ ਕਮਰਿਆਂ ਦੇ ਸੈਂਟਰ ਲੌਕ ਤੋੜੇ ਨੇ, ਸਾਰੇ ਦੂਜੇ ਤੋੜੇ ਨੇ। ਇਸ ਤੋਂ ਬਾਅਦ ਸਾਰੇ ਜਿੰਨੇ CC ਕੈਮਰੇ ਲੱਗੇ ਸੀ ਉਹਨਾਂ ਦੇ ਵਾਇਰਸ ਨੂੰ ਉਹਨਾਂ ਨੇ ਕੱਟ ਕੀਤਾ, ਮੇਰਾ DVR ਵੀ ਲੈ ਗਏ ਤਾਂ ਕਿ ਉਹਨਾਂ ਦੀ ਕੋਈ ਰਿਕਾਰਡਿੰਗ ਨਾ ਹੋ ਪਾਏ। ਜਿਹੜੇ ਤਾਲੇ ਉਹਨਾਂ ਨੇ ਤੋੜੇ ਜਾਂਦੇ ਹੋਏ ਉਹਨਾਂ ਨੂੰ ਧੋ ਕੇ ਗਏ ਤਾਂ ਕਿ ਉਹਨਾਂ ਦੇ ਹੱਥਾਂ 'ਤੇ ਕੋਈ ਨਿਸ਼ਾਨ ਨਾ ਲੈਣ। ਚੋਰ ਬਹੁਤ ਜ਼ਿਆਦਾ ਕੋਈ ਟੈਕਨੀਕਲ ਬੰਦਾ ਸੀ ਅਤੇ ਹੈ ਪਿੰਡ ਦਾ ਕੋਈ ਭੇਤੀ ਹੈ, ਇਸ ਚੀਜ਼ ਨੂੰ ਮੈਨੂੰ ਪੱਕਾ ਪਤਾ ਕਿ ਕੋਈ ਜਿੰਨੇ ਕਨੈਕਸ਼ਨ ਜਿੰਨੇ ਤਰੀਕੇ ਨਾਲ ਕੱਟੇ ਗਏ ਆ, ਬੰਦਾ ਸਾਡੇ ਪਿੰਡ ਦਾ ਹੀ ਹੈ। ਅੱਜ ਤਾਂ ਬਸ ਇਹੀ ਰਿਕੁਐਸਟ ਕਰਾਂਗੇ ਸਰਕਾਰ ਨੂੰ ਵੀ, ਇੱਕ ਤਾਂ ਇਹਨਾਂ ਪਿੰਡਾਂ 'ਚ ਹਰ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਰੱਖਿਆ ਜਾਵੇ ਤਾਂ ਕਿ ਸਾਡੀ ਜਾਨ ਛੁੱਟੇ। ਇੰਨਾ ਸਰਕਾਰੀ ਜਿਹੜਾ ਸਮਾਨ ਕੀਮਤੀ ਹੈ, ਇਹਦੀ ਰਾਖੀ ਅਸੀਂ ਨਹੀਂ ਕਰ ਸਕਦੇ। ਸਾਡਾ ਜੀ ਸਾਰੇ ਸਕੂਲ ਦੇ ਵਿੱਚ ਜਿੰਨਾ ਰਾਸ਼ਨ ਪਿਆ ਸੀ ਬੱਚਿਆਂ ਦਾ ਉਹ ਲੈ ਗਏ ਨੇ, ਨਾਲ ਘੱਟ ਤੋਂ ਘੱਟ ਜੀ 3-4 ਹਜ਼ਾਰ ਦਾ ਰਾਸ਼ਨ ਹਾਲੇ ਵਾਲੇ ਨਵਾਂ ਹੀ ਭਰਵਾਇਆ ਸੀ। ਕੰਪਿਊਟਰ ਸੀ, ਸਾਰੀਆਂ ਅਲਮਾਰੀਆਂ ਤੋੜ ਕੇ ਉਹ ਕੰਪਿਊਟਰ ਚੁੱਕ ਕੇ ਲੈ ਕੇ ਗਏ ਨੇ। ਬੱਚਿਆਂ ਦੇ ਹੈੱਡਫੋਨ ਸੀ, ਲਿਸਨਿੰਗ ਲੈਬ ਲੱਗੀ ਸੀ, 20 ਹੈੱਡਫੋਨ ਦਾ ਪੂਰਾ ਸੈੱਟ ਸੀ ਉਹ ਨਾਲ ਲੈ ਗਏ ਨੇ। ਸਾਰੇ ਕੈਮਰੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਇਸ ਟਾਈਮ ਘੱਟ ਤੋਂ ਘੱਟ 1.5-2 ਲੱਖ ਦਾ ਨੁਕਸਾਨ ਕਰ ਗਏ ਨੇ ਸਕੂਲ ਦਾ। DVR ਵੀ ਨਾਲ ਲੈ ਗਏ ਜੀ, ਕਨੈਕਸ਼ਨ ਕੱਟੇ ਗਏ, ਹਾਂਜੀ ਸਾਰੇ ਕਨੈਕਸ਼ਨ ਉਹਨਾਂ ਨੇ ਕੱਟ ਕੇ ਫਿਰ ਉਹ ਸਕੂਲ 'ਚ ਐਂਟਰ ਹੋਏ। ਇਹ ਜੀ ਰਾਤ ਕੈਮਰਿਆਂ ਨੇ ਜੋ ਦੱਸਿਆ ਵੀ ਸਾਡੇ ਕੋਲ 11 ਵਜੇ ਹੋਈ ਹੈ, ਸਾਡੇ ਨਾਲ ਡੰਗਰ ਡਿਸਪੈਂਸਰੀ ਹੈ, ਉਹਦੇ ਵਾਲੇ ਪਾਸੋਂ ਹਨੇਰਾ ਸੀ, ਉੱਧਰੋਂ ਕੰਧ ਟੱਪ ਕੇ ਆਏ ਨੇ ਜੀ, ਆ ਕੇ CC ਕੈਮਰੇ ਦੀਆਂ ਤਾਰਾਂ ਤੂਰਾਂ ਕੱਟ ਕੇ, ਲਾਈਟਾਂ ਭਜਾ ਕੇ, ਬਿਜਲੀ ਬੰਦ ਕਰਕੇ ਫਿਰ ਤਾਲੇ ਭੰਨੇ ਨੇ ਜੀ, ਅਤੇ ਘੱਟ ਤੋਂ ਘੱਟ ਵੀ 2 ਲੱਖ ਦਾ ਨੁਕਸਾਨ ਕਰ ਗਏ ਨੇ। 2 ਕੰਪਿਊਟਰ ਲੈ ਗਏ ਨੇ, ਰਾਸ਼ਨ ਪਾਣੀ ਜੋ ਵੀ ਪਿਆ ਸੀ ਨਾ, ਅਤੇ ਦਰਵਾਜ਼ੇ ਵੀ ਭੰਨ ਗਏ ਨੇ।
हाँ जी सर मंग ये जी हम पुलिस ने पास करे कुछ चोर फड़े सारा नशा बहुत ज्यादा पिंड जी तो नशे वालों को करे पुनछन फिर ही ये चोर काबू आ सकते सानू तो हुण इनफॉर्मेशन मिली है जिवें हुण असीं आए मौके ते वेखदे हां चैक करदे हां अगे जो बनदी कारवाई करदे हां सर जेकर स्कूल दे या पिंड वासियां दी गल सुनीए तां उहनां दा ये भी कहना है कि लगातार जिहड़ियां चोरियां दा सिलसिला इत्थे वध जा रिहा पर पुलिस वल्लों कोई भी कारवाई अमल विच नहीं आई पुलिस कारवाई यही जी बनती है परचा दे देने चोरी का अगे तफतीश चलती रही लाया गया इतों अजे तो चेक कर डे हाँ कैमरे भी ला के लै गए कंप्यूटर कंप्यूटर वगैरह।